छड़ता सी जेड़ी वे तू झूठी कंटीन विच किन्ने वारी पीती आ मचावे हर रंग दी सी चुन्नी के टवेच रख दी वे तेरी पग नाल लैंदी सी मलावे टॉपर रिका चलो भाई जी लीक ओ किधर गया फोन है फोन तक पर ਹੜਦੇ ਤੀ ਉਹਦੇ ਵਿੱਚ ਵਿੱਚ ਹੀ ਗਾਉਣਾ ਠੀਕ ਹੈ ਵਿਦਮ ਚੱਲੂ ਤੁਹਾਡੇ ਨਾਲ ਠੀਕ ਹੈ ਬਸ ਉਹਦਾ ਧਿਆਨ ਨਾਲ ਬਾਕੀ ਕੰਮ ਬੱਚਾ ਟਰਾਈ ਕਰੀ ਜਾਂਦੇ ਹਾਂ ਜੇ ਅਸੀਂ ਪਹਿਲੀ ਵਾਰ ਆ ਛੱਡਦਾ ਸੀ ਜਿਹੜੀ ਵੇ ਤੂੰ ਝੂਠੀ ਕੰਟੀਨ ਵਿੱਚ ਕਿੰਨੇ ਵਾਰੀ ਪੀਤੀ ਹਮ ਮਚਾਵੇ हेलो जी तो सत श्री अकाल की हाल चाल है थोड़े सारिया के स्वागत अपने यूट्यूब चैनल से जिदा नाम की नाम बई अपने हाँ जिदा नाम है सिमर लखनपाल अज आप चले सके गाना रिकॉर्ड कराने अपना कंपोजिशन कराने तो डमी बनाने तो फिर तुम्हें दिखाने स्टूडियो चलने एक तवरी का मिलते हैं मार्केट च फिरते हैं जिदा हाँ जी तो आए थे आप भरा को बई ने नवा नवा काम शुरू किया तो कंटेंट भी कंटेंट नंबर पावे बई का हैलो बोल दो बई सर तो गाना कर आए थे आप छोटा जहा एक पैरा करते हैं रिकॉर्ड पर जुड़े रहे ब्लॉग के नाल करते हैं स्टार्ट आप हाँ जी तो रात भी आप स्टूडियो गए थे गाना बनाने लिए तो मैं गाना गाँव तो आता नहीं गा तो वैसे आप ट्राई करते गाने की तो शौक ही सी एक बार शौक ही पूरा करना एक थोड़ा छोटा जहा पैरा आप गाया गा तो रात टाइम भी लगा आप हम चले तो हम थोड़ा स्टूडियो के सारा कुछ जाके दिखावे तो एक निका जहा पैरा ही है तो तुम सुन लो कि सपोर्ट करने भी सारे ने तो इंस्टा तो रील ही पाँना आप रील सब तो वो बनाने भी सारे जने ने तो आ जाओ तो जाने स्टूडियो मिलते स्टूडियो जाके छड़ दे छड़दा सी जे संधू हर रंग दी सी चुन्नी किट विच रख दी वे तेरी पग नाल लैंदी सी मलावे टॉपर रिकाने दे बंक बड़े मारे वे तेरे पिछे चन्ना चन्ना गिने बड़े तारे ने चन्न विचो दिखिया है तू वे टक्के आए जद समान स्पलेंडर ते आउण वाले मुंडिया तू हाले तक चेते अरकानू हीरो हांडे उत्ते आउण वाले मुंडिया तू हाले तक चेते अरकानू ओके ओके सर ओके चलो भाई जी लीक ओ किधर गया फोन है फोन तक पर हर रंग दी सी चुन्नी किट विच रख दी वे तेरी पग नाल लैंदी सी मलावे टॉपर रकाने वे बंक बड़े मारे वे तेरे पिछे चन्ना चन्ना गिने बड़े तारे ने चन्न विचो दिखिया है तू वे टक्के आए जदों समान स्पलेंडर ते आउण वाले मुंडिया तू हाले तक चेते अरकानू हीरो हांडे थोड़ा पिछे रोए छड़दा सी जेड़ी वे तू झूठी कंटीन विच किन्ने वारी पीती आ मचावे हर रंग दी सी चुन्नी किट विच रख दी वे तेरी पग नाल लैंदी सी मलावे टॉपर रकाने वे बंक बड़े मारे वे तेरे पिछे चन्ना चन्ना गिने बड़े तारे ने
ਚੰਨ ਵਿੱਚੋਂ ਦਿਖਿਆ ਏ ਤੂੰ ਏ ਟੱਕਿਆ ਏ ਜਦੋਂ ਸਮਾਨ ਨੂੰ ਸਪਲੈਂਡਰ ਤੇ ਆਉਣ ਵਾਲੇ ਮੁੰਡਿਆਂ ਤੂੰ ਹਲੇ ਤੱਕ ਚੇਤੇ ਅਰਕਾਨ ਨੂੰ ਹੀਰੋ ਹਾਂਡੇ ਉੱਤੇ ਆਉਣ ਵਾਲੇ ਮੁੰਡਿਆਂ ਤੂੰ ਹਲੇ ਤੱਕ ਚੇਤੇ ਅਰਕਾਨ ਨੂੰ ਡਨ ਤੂੰ ਹਲੇ ਤੱਕ ਲਹਿਰੋ ਲਹਿਰੀ ਹੋ ਗਿਆ ਕੰਮ ਸੌਣਾ ਨੀ ਇੱਥੇ ਤਿੰਨ ਚਾਰ ਟਿਕ ਲਏ ਆ ਤੇ ਦੋ ਤਿੰਨ ਲਾਈਨਾਂ ਤੁਹਾਨੂੰ ਸੁਣਾਉਣੇ ਆ ਚਲੋ ਛੱਡ ਦੋ ਛੱਡਦਾ ਸੀ ਜਿਹੜੀ ਵੇ ਤੂੰ ਝੂਠੀ ਕੰਟੀਨ ਵਿੱਚ ਕਿੰਨੇ ਵਾਰੀ ਕੀਤੀ ਆ ਮਚਾ ਦੇ ਹਰ ਰੰਗ ਦੀ ਕੈਂਡਲ ਦੇਣਾ ਤੇ ਜਿਹਨੇ ਮਿਊਜ਼ੀਅਮ ਜੀ ਕਰਾਉਣਾ ਹੋਵੇ ਤੇ ਬਾਈ ਨਾਲ ਕਰ ਦਿਓ ਬਈ ਕੰਟੈਕਟ ਕਰ ਲਿਓ ਤੇ ਨਵਾਂ ਨਵਾਂ ਕੰਮ ਆ ਹਜੇ ਬਾਕੀ ਸਾਰਾ ਤਿਆਰ ਕਰਨਾ ਹੈਗਾ ਨੰਬਰ ਬੋਲਦੇ ਕਹਿੰਦੀ ਆ 9779210366 ਤੇ ਕਰ ਲਿਓ ਬਈ ਜਿਹਨੂੰ ਜਿਹਨੂੰ ਸਿੰਗਿੰਗ ਦਾ ਸ਼ੌਂਕ ਆ ਤੇ ਕੀੜਾ ਨਿਕਲ ਜੂਗਾ ਜਿਵੇਂ ਮੈਂ ਕਢਾਉਣ ਲੱਗਾ ਤੇ ਮਿਲਦੇ ਹਾਂ ਤਿਆਰ ਹੋ ਜਾਓ ਖਾਣਾ ਖਾਣਾ ਗਾਣਾ ਰਿਕਾਰਡ ਕਰਾਇਆ ਮੈਂ ਜਾ ਕੇ ਗਾਣਾ ਇੱਕ ਪੈਰਾ ਜਾ ਕੇ ਲੋਕ ਦੇ ਵਿੱਚ ਦੇਖੀ ਸਰ ਸੁਣਾ ਦਿੰਦਾ ਇਹ ਦੁਬਾਰਾ ਮੈਂ ਰਿਸਪੋਂਸ ਦਿਓ ਬਈ ਵਧੀਆ ਵਧੀਆ ਕਿੱਦਾਂ ਦਾ ਗਾਇਆ ਮੈਂ ਕਿੱਦਾਂ ਦਾ ਨਹੀਂ ਸਾਰੇ ਜਾਣੇ ਰੰਜੋਰ ਤਾਂ ਦੰਦ ਕੱਢੀ ਜਾਂਦੀ ਹੈ ਤਾਂ ਆਪਾਂ ਨੂੰ ਕਿਹੜਾ ਗਾਉਣਾ ਆਉਂਦਾ ਆਪਾਂ ਗਏ ਸੀ ਬਸ ਉੱਥੇ ਕਰ ਲਿਆ ਜਾ ਕੇ ਮਜ਼ਾਕ ਤਾਂ ਨਹੀਂ ਬਸ ਵੈਸੇ ਤੁਸੀਂ ਦੱਸਿਓ ਆਪਾਂ ਤੁਹਾਨੂੰ ਕਿੱਦਾਂ ਦਾ ਲੱਗਾ ਕਿੱਦਾਂ ਦਾ ਨਹੀਂ ਬਾਕੀ ਰੰਜੋ ਤਾਂ ਤੈਨੂੰ ਤਾਂ ਖਾ ਲਈਏ ਚੌਲ ਅਤੇ ਫਿਰ ਖਾ ਕੇ ਮਿਲਦੇ ਹਾਂ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ ਯੈਸ ਯੂ ਆਰ ਰਾਈਟ ਕੀ ਸੁਣਨਾ ਗੁੱਸੇ ਕਦੋਂ ਹੋਈ ਪਹਿਲਾਂ ਕਿਉਂ ਸੁਣਨਾ ਗਾਣਾ ਮੈਂ ਤਾਂ ਨਹੀਂ ਸੁਣਾਉਂਦਾ ਪਿਆ ਰਣਜੋਤ ਨੂੰ ਕਿਉਂਕਿ ਮੇਰੀ ਕਿਹੜਾ ਆਵਾਜ਼ ਸੋਹਣੀ ਆ ਜਾਂ ਮੈਂ ਕਿਹੜਾ ਸਿੰਗਰ ਆ ਜਾਂ ਮੈਂ ਕਿਹੜਾ ਤੇ ਮੈਂ ਥੋੜ੍ਹੀ ਕਿਹਾ ਤੈਨੂੰ ਮਜ਼ਾਕ ਡਾਏਂਗੀ ਨਹੀਂ ਨਹੀਂ ਤੇ ਤਾਂ ਕਰਕੇ ਨਹੀਂ ਮੈਂ ਸੁਣਾਇਆ ਸੀਗਾ ਉਹ ਤਾਂ ਸੁਣ ਲੈਣਾ ਹੀ ਆ ਤੂੰ ਹਾਂ ਬਸ ਇਹਨੂੰ ਸੁਣਾ ਕੇ ਉਦੋਂ ਬਾਅਦ ਮੈਂ ਪੋਸਟ ਕਰੂੰਗਾ ਵਲੌਗ ਹੈਨਾ ਬਸ ਸੁਣਾਉਣਾ ਫਿਰ ਸੁਣਾਉਣਾ ਮੂੰਹ ਕਰੋ ਮੈਂ ਤਾਂ ਕਰਦੇ ਆਪਾਂ ਵਲੌਗ ਨੂੰ ਪੋਸਟ ਸਾਰੇ ਜਣੇ ਅੱਜ ਆ ਕੇ ਵਧੀਆ ਵਧੀਆ ਵਿਚਾਰ ਦਿਓ ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਤਾਂ ਜੋ ਤਾਂ ਕੋਈ ਰਿਵਿਊ ਦੇਣਾ ਹੋਵੇ ਗਾਣੇ ਦੇ ਲਈ ਹੈ ਗਾਣੇ ਦੇ ਲਈ ਰਿਵਿਊ ਦੇਣਾ ਹੋਵੇ ਹਾਂ ਹਜੇ ਆਪਣੀ ਟਰਾਈ ਆ ਰਣਜੋਤ ਨੂੰ ਵੀ ਬਸ ਗਾਉਣ ਲਾ ਦੇਣਾ ਨਹੀਂ ਨਹੀਂ ਰਣਜੋਤ ਕਦੇ ਮਾਡਲਿੰਗ ਕਰਿਆ ਤੂੰ ਨਹੀਂ ਮਾਡਲਿੰਗ ਨਹੀਂ ਬਸ ਇਕੱਲੀਆਂ ਰੀਲਾਂ ਜਿਵੇਂ ਅਸੀਂ ਰੀਲ ਬਣਾਉਣੇ ਉੱਦਾਂ ਤਾਂ ਆਪਣੇ ਆਪਣੇ ਰਿਵਿਊ ਜ਼ਰੂਰ ਦੇਣਾ ਕਿੱਦਾਂ ਦਾ ਬਣਿਆ ਕਿੱਦਾਂ ਦਾ ਨਹੀਂ ਗਾਣਾ ਅਤੇ ਰਣਜੋਤ ਨੇ ਮੇਰਾ ਚੈਨਲ ਵੀ ਅਨਸਬਸਕ੍ਰਾਈਬ ਕਰਤਾ ਗੁੱਸੇ ਦੇ ਵਿੱਚ ਹੈ ਨਾ ਕਿਉਂ ਐਂ ਕਿਉਂ ਕਿਹੜੀ ਗੱਲ ਆ ਦੇਖੋ ਤੁਹਾਨੂੰ ਦਿਖਾਵਾਂ ਮੈਂ ਹੁਣ ਫਿਰ ਸਬਸਕ੍ਰਾਈਬ ਕਰ ਲੈਣਾ ਕਿਹੜੀ ਗੱਲ ਸੁਣਾਉਣਾ ਤਾਂ ਬਸ ਮੈਂ ਗਾਣਾ ਸੁਣਾਦਾ ਰਣਜੋਤ ਨੂੰ ਤਾਂ ਉਦੋਂ ਬਾਅਦ ਮੈਂ ਪੋਸਟ ਕਰਦਾ ਫਿਰ ਥੋੜ੍ਹੀ ਜਿਹੀ ਐਡੀਟਿੰਗ ਕਰਨੀ ਆਪਾਂ ਵਲੌਗ ਦੀ ਮੈਂ ਜ਼ਿਆਦਾ ਐਡੀਟਿੰਗ ਨਹੀਂ ਕਰਦਾ ਹੁੰਦਾ ਜੋ ਆਪਾਂ ਨੈਚੁਰਲ ਕਰਦੇ ਉਹੀ ਉੱਦਾਂ ਦਾ ਹੀ ਪਾਈਦਾ ਤਾਂ ਆਪਦੇ ਆਪਦੇ ਵਿਚਾਰ ਜ਼ਰੂਰ ਦਿਓ ਵੀ ਕਿੱਦਾਂ ਦਾ ਲੱਗਾ ਤੁਹਾਨੂੰ ਕਿੱਦਾਂ ਦਾ ਨਹੀਂ ਗਾਣਾ ਅਤੇ ਰੀਲਾਂ ਬਣਾਇਓ ਅਤੇ ਕੱਲ੍ਹ ਨੂੰ ਆਪਾਂ ਨੂੰ ਭੇਜ ਦੂਗਾ ਉਹ ਮੁੰਡਾ ਅਤੇ ਉਹਦੇ ਨਾਲ ਵੀ ਉਹਦਾ ਵੀ ਬਾਈ ਦਾ ਨਵਾਂ ਨਵਾਂ ਕੰਮ ਹਜੇ ਉਹਨੇ ਸਟਾਰਟ ਹੀ ਕੀਤਾ ਗਾ ਤਾਂ ਆਪਾਂ ਪ੍ਰੋਫੈਸ਼ਨਲ ਵੀ ਜੇ ਕਰਾਂਗੇ ਸਾਊਂਡ ਜੇ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਾ ਤਾਂ ਆਪਾਂ ਲਿਖਾਇਆ ਵਾ ਮੁੰਡੇ ਤੋਂ ਵਧੀਆ ਗਾਣਾ ਉਹਨੇ ਉਹਨੇ ਲਿਖ ਕੇ ਦਿੱਤਾ ਆਪਾਂ ਨੂੰ ਤਾਂ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਾ ਅਤੇ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਅਤੇ ਇੰਸਟਾਗ੍ਰਾਮ 'ਤੇ ਆਪਾਂ ਪਾਵਾਂਗੇ ਉਹ ਵਾਲਾ ਗਾਣਾ ਅਤੇ ਯੂਟਿਊਬ 'ਤੇ ਪਾਵਾਂਗੇ ਅਤੇ ਇੰਸਟਾ 'ਤੇ ਵੱਧ ਤੋਂ ਵੱਧ ਤੁਸੀਂ ਰੀਲਾਂ ਬਣਾਉਣੀਆਂ ਉਹ ਗਾਣੇ 'ਤੇ ਤਾਂ ਬਾਬਾ ਜੀ ਸਾਰਿਆਂ ਨੂੰ ਤਰੱਕੀ ਬਖਸ਼ਣ ਅਤੇ ਮਿਲਦੇ ਆਪਾਂ ਅਗਲੇ